ਹਾਲ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਤਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਪਹਿਲਾਂ ਦੋ ਐਪੀਸੋਡ ਆ ਚੁੱਕੇ ਆ ਇਸ ਫਰਮੇ ਛੱਤ ਦੇ ਉੱਤੇ, ਅਤੇ ਆਪਣਾ ਤੀਜਾ ਐਪੀਸੋਡ ਦੇ ਵਿੱਚ ਆਪਾਂ ਫਰਮੇ ਛੱਤ ਦੇ ਵਿੱਚ ਜਿਵੇਂ ਆਪਾਂ ਸਰੀਆ ਕਿਵੇਂ ਪਾਉਣਾ, ਕੰਧਾਂ ਦੇ ਉੱਤੇ ਜਿਹੜਾ ਸਰੀਆ ਪਾਉਣਾ, ਅਤੇ ਆਪਾਂ ਨੂੰ ਛੱਤ ਲਾਉਣ ਤੋਂ ਪਹਿਲਾਂ ਕੀ ਕਰਨਾ ਪਊਗਾ, ਉਸ ਤੋਂ ਬਾਅਦ ਆਪਣੀ ਵੀਡੀਓ ਆਊਗੀ ਛੱਤ ਦੀ ਸਿੱਧੀ। ਅਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇਹ ਜਿਹੜਾ ਛੱਤ ਦੇ ਉੱਤੇ ਹੈ ਸਰੀਆ ਕਿਵੇਂ ਪਾਉਣਾ। ਅਤੇ ਬਣੇ ਰਹੋ ਚੈਨਲ ਦੇ ਉੱਤੇ, ਅਗਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਅਤੇ ਵੀਡੀਓ ਨੂੰ ਦੋਸਤੋ ਪੂਰੀ ਵਾਚ ਕਰਿਓ, ਪੂਰੀ ਲਾਸਟ ਤੱਕ ਦੇਖਿਓ। ਤੁਸੀਂ ਲਾਸਟ ਤੱਕ ਦੇਖੋਗੇ ਤਾਂ ਤੁਹਾਨੂੰ ਸਾਰੀ ਚੀਜ਼ ਸਮਝ ਆ ਜੂਗੀ, ਉਸ ਤੋਂ ਬਾਅਦ ਤੁਹਾਨੂੰ ਕੋਈ ਚੀਜ਼ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਗੀ। ਬਹੁਤ ਸਾਰੇ ਵੀਰਾਂ ਦੇ ਕਮੈਂਟ ਜਾਂ ਫੋਨ ਆਉਂਦੇ ਸੀਗੇ ਤਾਂ ਤੁਸੀਂ ਉਹ ਆਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰੀ ਸਮਝ ਆ ਜੂਗੀ ਇਸ ਵੀਡੀਓ ਦੇ ਵਿੱਚ। ਦੋਸਤੋ ਇਸ ਤਰ੍ਹਾਂ ਤੁਸੀਂ ਆਪਾਂ ਜਿਹੜੇ ਸਰੀਏ ਹੈਗੇ ਆ, ਜਿੰਨੀਆਂ ਆਪਣੀਆਂ ਦੀਵਾਰਾਂ ਉਹਨਾਂ ਦੀਵਾਰਾਂ ਦੇ ਸਾਰੇ ਨਾਪ ਕੇ ਸਰੀਏ ਕੱਟ ਲੈਣੇ ਆ। ਸਰੀਆ ਕੱਟ ਕੇ ਉਸ ਤੋਂ ਬਾਅਦ 'ਚ ਆਪਾਂ ਸਰੀਏ ਦੀਆਂ ਜਿਹੜੀਆਂ ਹੈਗੀਆਂ ਦੋਵਾਂ ਸਾਈਡ ਐੱਲ ਬਣਾ ਲੈਣੇ ਆ, ਕੁੰਡੀਆਂ ਬਣਾ ਲੈਣੀਆਂ, ਯੂ ਹੀ ਬਣਾ ਲੈਣੇ ਆ। ਐੱਲ ਕੀ ਯੂ ਹੀ ਬਣਾ ਲਓ, ਇਸ ਤਰ੍ਹਾਂ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਸ ਤਰ੍ਹਾਂ ਯੂ ਬਣਾ ਲੈਣੇ ਆ। ਆਪਾਂ ਫਿਰ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਫਸਾਉਣਾ ਇਹਨਾਂ ਨੂੰ, ਇੱਕ ਦੂਜੇ ਨਾਲ ਫਸਾਉਣਾ ਹੋਊਗਾ, ਟਾਈ ਕਰਨੇ ਹੋਣਗੇ। ਸਾਰੇ ਸਰੀਆਂ ਦੀਆਂ ਆਪਾਂ ਕੁੰਡੀਆਂ ਬਣਾ ਲਈਆਂ ਦੋਵਾਂ ਪਾਸੋਂ, ਇਸ ਸਾਈਡ ਤੋਂ ਵੀ ਆਪਣੇ ਸਾਰੇ ਸਰੀਆਂ ਦੀਆਂ ਕੁੰਡੀਆਂ ਬਣਾਈਆਂ ਵੀ ਆ। ਇਸ ਤਰ੍ਹਾਂ ਕੁੰਡੀਆਂ ਬਣਾ ਲੈਣੀਆਂ ਸਾਰਿਆਂ ਨੇ। ਦੋਸਤੋ ਇਹ ਜਿਹੜਾ ਤੁਸੀਂ ਸਰੀਆ ਦੇਖ ਰਹੇ ਹੋ, ਆਪਾਂ ਇਹ ਤਿੱਗੇ ਦੇ ਵਿੱਚ ਰੱਖ ਲਿਆ ਇੱਕ ਸਰੀਆ ਦਾ, ਅਤੇ ਆਪਾਂ ਨੂੰ ਜਿਹੜਾ ਕੋਣੇ ਹੈ ਕੋਣਿਆਂ ਦੇ ਉੱਤੇ ਆ ਕੇ ਐੱਲ ਇਸ ਤਰ੍ਹਾਂ ਇੱਕ ਦੂਜੇ ਨਾਲ ਟਾਈ ਹੋ ਜੂਗਾ। ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਕੋਣੇ ਦੇ ਉੱਤੇ ਜ਼ਰੂਰੀ ਹੈ ਟਾਈ ਕਰਨਾ। ਇਹ ਸਾਰੀਆਂ ਦੀਵਾਰਾਂ ਦੇ ਉੱਤੇ ਇਸ ਤਰ੍ਹਾਂ ਹੀ ਟਾਈ ਹੋਊਗਾ। ਇਹ ਜਿਹੜੀਆਂ 4 ਇੰਚ ਦੀਆਂ ਕੰਧਾਂ, ਇਹਨਾਂ ਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਹੀ ਟਾਈ ਕਰਾਂਗੇ। ਹਾਈਟ ਬਹੁਤ ਜ਼ਿਆਦਾ ਹੈ, ਅਸੀਂ ਸੈਕਿੰਡ ਫਸਟ ਫਲੋਰ ਦੇ ਛੱਤ ਦੇ ਉੱਤੇ ਖੜ੍ਹੇ ਹਾਂ, ਮਤਲਬ ਛੱਤ ਲੱਗਣ ਵਾਲੇ ਟੋਪ 'ਤੇ ਖੜ੍ਹੇ ਹਾਂ, ਅਤੇ ਹਵਾ ਚੱਲ ਰਹੀ ਹੈ। ਹਵਾ ਚੱਲਣ ਦੀ ਵਜ੍ਹਾ ਨਾਲ ਆਵਾਜ਼ ਥੋੜ੍ਹੀ ਕਲੀਅਰ ਨਹੀਂ ਹੋ ਸਕਦੀ। ਤਾਂ ਇਸੇ ਤਰ੍ਹਾਂ ਹੀ ਦੋਸਤੋ ਇਹਨੂੰ ਇੱਕ ਦੂਜੇ ਨਾਲ ਟਾਈ ਕਰਨਾ ਆਪਾਂ। ਇਹ ਜਿਹੜਾ ਸਰੀਆ ਰੱਖਿਆ ਹੁਣ ਵੀ ਆਪਾਂ ਸਾਰੀਆਂ ਦੀਵਾਰਾਂ ਦੇ ਉੱਤੇ ਸਰੀਏ ਪਾ ਲਏ ਆ, ਸਾਰੇ ਸਰੀਆਂ ਨੂੰ ਆਪਾਂ ਇੱਕ ਦੂਜੇ ਨਾਲ ਟਾਈ ਕਰ ਲਿਆ, ਕੁੰਡੀਆਂ ਕਰ ਲਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਦੇਖ ਰਹੇ ਹੋ। ਇਸ ਤਰ੍ਹਾਂ ਤੁਸੀਂ ਸਾਰੀਆਂ ਨੂੰ ਕੁੰਡੀਆਂ ਨੂੰ ਟਾਈ ਕਰਨੀ ਇੱਕ ਦੂਜੇ ਨਾਲ। ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਸਰੀਆ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਆਪਾਂ 4 ਇੰਚ ਜਿਹੜੀ ਦੀਵਾਰ ਆ ਉਹਦੇ ਉੱਤੇ ਆਪਾਂ ਇਸ ਤਰ੍ਹਾਂ ਫੱਟੀ ਬੰਨ੍ਹ ਕੇ, ਦੋਨੋਂ ਸਾਈਡ ਫੱਟੀ ਬੰਨ੍ਹ ਕੇ ਆਪਾਂ ਮਾਲ ਭਰਾਂਗੇ, ਅਤੇ ਜਿਹੜੀ 9 ਇੰਚ ਦੀ ਦੀਵਾਰ ਆ ਉਸ 'ਤੇ ਆਪਣੇ ਜਿਵੇਂ ਤੇ ਗੱਲ ਗਿਆ ਤੇ ਗਾ ਆਈ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਾਂ ਪੂਰਾ ਸਰੀਆ ਜਿਵੇਂ ਫੁੱਲ ਸਰੀਆ ਪਾਇਆ ਵਾ ਆਪਾਂ ਇਸ ਦੀਵਾਰਾਂ ਦੇ ਉੱਤੇ, ਅਤੇ ਅਗਲੀ ਵੀਡੀਓ ਆਪਾਂ ਤੁਹਾਡੇ ਵਾਸਤੇ ਇੱਕ ਲੈ ਕੇ ਆਵਾਂਗੇ, ਸਪੈਸ਼ਲੀ ਵੀਡੀਓ ਬਣਾਵਾਂਗੇ ਵੀ ਆਪਾਂ ਇਹ ਸਰੀਆ ਜਿਹੜਾ ਹੈਗਾ ਇੰਨਾ ਸਰੀਆ ਪਾਉਣ ਦੀ ਵੀ ਜ਼ਰੂਰਤ ਨਹੀਂ ਗੀ, ਕੱਟ ਸਰੀਆ ਵੀ ਪਾ ਸਕਦੇ ਹਾਂ ਆਪਾਂ, ਕੱਟ ਸਰੀਆ ਵੀ ਪਾ ਕੇ ਆਪਾਂ ਇਹ ਫਰਮੇ ਦੀ ਡਾਟ ਲਾ ਸਕਦੇ ਹਾਂ। ਤਾਂ ਤੁਸੀਂ ਵੀਡੀਓ ਸਟੈਪ ਬਾਈ ਸਟੈਪ ਤੁਹਾਨੂੰ ਮਿਲਦੀ ਰਹੂਗੀ, ਤੁਸੀਂ ਦੇਖ ਲਿਓ। ਅਤੇ ਇਸ ਤੋਂ ਬਾਅਦ ਆਪਣੀ ਜਿਹੜੀ ਵੀਡੀਓ ਆਪਣੇ ਯੂਟਿਊਬ ਚੈਨਲ ਇਸੇ 'ਤੇ ਹੀ ਆਪਾਂ ਪਾਵਾਂਗੇ ਫਰਮੇ ਦੀ, ਜਿਵੇਂ ਡਾਟ ਲਾਉਂਦਿਆਂ ਦੀ ਇਸੇ ਚੈਨਲ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਡਾਟ ਲਾਉਂਦਿਆਂ ਦੀ ਵੀਡੀਓ ਪਾਵਾਂਗੇ। ਫਿਰ ਉਸ ਤੋਂ ਬਾਅਦ ਹੋ ਸਕਦਾ ਤੁਸੀਂ ਕਮੈਂਟ ਕਰੋ ਵੀ ਤੁਹਾਨੂੰ ਅਗਰ ਜੇ ਪਲਸਤਰ ਦੀ ਕੰਪਲੀਟ ਫਿਨਿਸ਼ਿੰਗ ਦੀ ਚਾਹੀਦੀ ਹੈ ਤਾਂ ਆਪਾਂ ਫਿਨਿਸ਼ਿੰਗ ਦੀ ਵੀ ਇੱਕ ਵੀਡੀਓ ਬਣਾ ਕੇ ਸਪੈਸ਼ਲ ਪਾ ਦਾਂਗੇ, ਉੱਤੋਂ ਥੱਲੋਂ ਦੀ ਥੱਲੇ ਦੋਵਾਂ ਸਾਈਡਾਂ ਦੀ ਫਿਨਿਸ਼ਿੰਗ ਕਰਕੇ ਫਿਨਿਸ਼ਿੰਗ ਦੀ ਵੀਡੀਓ ਵੀ ਆਪਾਂ ਬਣਾ ਕੇ। ਅਤੇ ਵੀ ਆਪਾਂ ਰੰਗ ਮਾਰ ਲਿਆ, ਤਿਆਰ ਹੈ ਗਟਰ ਵੀ ਰੰਗ ਮਾਰ ਕੇ, ਆਪਾਂ ਕਾਲਾ ਰੰਗ ਮਾਰਿਆ ਗਟਰਾਂ ਦੇ। ਤੁਸੀਂ ਕੰਪਾਊਂਡ ਵਗੈਰਾ ਕੁਛ ਵੀ ਕਰ ਸਕਦੇ ਹੋ ਤਾਂ ਕਿ ਇਹਨੂੰ ਗਟਰ ਨੂੰ ਜੰਗ ਨਾ ਲੱਗੇ। ਇਹ ਤੁਸੀਂ ਪਹਿਲਾਂ ਹੀ ਮਾਰ ਲੈਣਾ ਰੰਗ ਇੱਕ ਦਿਨ ਪਹਿਲਾਂ, ਯਾਨੀ ਕਿ ਆਪਾਂ ਕੱਲ੍ਹ ਅੱਜ ਜਿਵੇਂ ਗਟਰ ਚਲਾਉਣੀ ਹੈ ਤਾਂ ਆਪਾਂ ਕੱਲ੍ਹ ਰੰਗ ਮਾਰਦੇ ਜੀ, ਸੁੱਕ ਗਏ ਰੰਗ, ਸੁੱਕ ਕੇ ਤਿਆਰ ਹੈ ਬਿਲਕੁਲ। ਇਸ ਤਰ੍ਹਾਂ ਤੁਸੀਂ ਗਟਰ ਆਪਾਂ ਛੱਤ 'ਤੇ ਚੜਾ ਲੈਣੇ ਆ, ਛੱਤ 'ਤੇ ਗਟਰ ਚੜਾਏ ਬਾਅਦ 'ਚ ਲੈਂਟਰ ਨੂੰ ਆਪਾਂ ਭਰਾਈ ਚਾਲੂ ਕਰਤੀ ਹੈ। ਇਸ 'ਚ ਆਪਾਂ ਗ੍ਰਿਡ ਦਾ ਮਸਾਲਾ, 0 ਨੰਬਰ ਗ੍ਰਿਡ ਦਾ ਮਸਾਲਾ 1.5-3 ਦਾ ਰੇਸੋ ਬਣਾ ਕੇ ਲੈਂਟਰ ਭਰ ਦਾਂਗੇ ਆਪਾਂ। ਲੈਂਟਰ ਭਰਨ ਤੋਂ ਬਾਅਦ ਆਪਾਂ ਇਹਨੂੰ ਇੱਕ ਦਿਨ ਸੁਕਾਵਾਂਗੇ।
ਮਤਲਬ ਇੱਕ ਦਿਨ ਇਹਨੂੰ ਤੇਗੇ ਨੂੰ ਸੁਕਾ ਲਾਂਗੇ ਇਸ ਲੈਂਡਰ ਨੂੰ। ਸੁਕਾਉਣ ਤੋਂ ਬਾਅਦ 'ਚ ਆਪਾਂ ਇਹਦੀਆਂ ਡਾਟਾ ਚਾਲੂ ਕਰਾਂਗੇ। ਤਾਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਇੱਥੋਂ ਤੱਕ ਸਮਝ ਆਈ ਹੋਊਗੀ ਵੀਡੀਓ 'ਚ। ਅਤੇ ਉਸ ਤੋਂ ਬਾਅਦ ਆਪਾਂ ਹੁਣ ਅਗਲੀ ਵੀਡੀਓ ਫਰਮੇ ਦੀ ਡਾਟ ਦੀ ਲੈ ਕੇ ਆਵਾਂਗੇ, ਡਾਟ ਕਿਵੇਂ ਲੱਗਣੀ ਹੈ, ਫਰਮੇ ਦੀ ਡਾਟ ਵੀ ਦੇਖ ਸਕੋ ਵੀ ਕਿਵੇਂ ਲੱਗਣੀ ਹੈ। ਤਾਂ ਆਪਾਂ ਜਿਹੜੇ ਬਾਥਰੂਮ ਸੀਗੇ ਤੁਹਾਨੂੰ ਦੱਸਿਆ ਸੀ ਵੀ ਇਹਦੀ ਆਪਾਂ ਬਗੈਰ ਉਸ ਤੋਂ ਵੀ ਲਾਵਾਂਗੇ, ਬਗੈਰ ਗਾਟਰ ਤੋਂ ਵੀ ਇਹਦੀ ਅਲੱਗ ਲਾਵਾਂਗੇ, ਅਤੇ ਇਸ ਬਾਥਰੂਮ ਦੀ ਅਲੱਗ ਲਾਵਾਂਗੇ। ਇਸ ਕਮਰੇ ਦੇ ਵਿੱਚ ਆਪਾਂ ਗਾਟਰ ਰੱਖਣਾ ਹੈ ਹਜੇ ਬਾਕੀ ਹੈ, ਅਤੇ ਗਾਟਰ ਇਸ 'ਤੇ ਲਾ ਕੇ ਇਹਦਾ ਵੀ ਲੈਂਟਰ ਆਪਾਂ ਨਾਲ ਹੀ ਭਰਾਂਗੇ, ਹੁਣ ਸਾਰਾ ਕੰਪਲੀਟ ਲੈਂਟਰ ਭਰ ਦਾਂਗੇ। ਤਾਂ ਇੱਕ ਦਿਨ ਆਪਾਂ ਇਹਨੂੰ ਸੁਕਾਵਾਂਗੇ, ਤਰਾਈ ਕਰਨੀ ਹੈ ਇਹਦੀ, ਜ਼ਰੂਰ ਤਰਾਈ ਕਰਾਂਗੇ। ਅਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਇਸ ਤਰ੍ਹਾਂ ਇਹ ਲੈਂਟਰ ਨੂੰ ਪੂਰਾ ਭਰ ਲਾਂਗੇ ਵਧੀਆ। ਇਹ ਛੱਤ ਆਪਾਂ ਕਿੱਥੇ ਕਿੱਥੇ ਲਾ ਸਕਦੇ ਹਾਂ ਅਤੇ ਜ਼ਰੂਰੀ ਵੀ ਹੈ, ਕਿਹੜੀ ਕਿਹੜੀ ਜਗ੍ਹਾ 'ਤੇ ਇਹ ਜ਼ਰੂਰੀ ਹੈ ਛੱਤ, ਆਪਾਂ ਨੂੰ ਜਿੱਥੇ ਆਪਣੀ ਬਹੁਤ ਘੱਟ ਖਰਚੇ ਨਾਲ ਤਿਆਰ ਹੋ ਜੂਗੀ। ਅਤੇ ਤੁਸੀਂ ਜਿਵੇਂ ਆਪਾਂ RCC ਲਾਉਂਦੇ ਹਾਂ ਛੱਤਾਂ, ਤਾਂ ਉਹਦਾ ਅਤੇ ਇਹਦਾ ਡਿਫਰੈਂਟ ਦਾ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੀ ਡਿਫਰੈਂਸ ਰਹਿੰਦੀ ਹੈ। ਇਹ ਬਹੁਤ ਸਸਤੀ ਛੱਤ ਹੈ, ਤੁਸੀਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਲੈ ਕੇ ਆਉਂਦੇ ਹਾਂ ਆਪਾਂ ਉਸ ਛੱਤ ਦੀ ਵੀਡੀਓ। ਅਤੇ ਬਣੇ ਰਹੋ ਚੈਨਲ 'ਤੇ, ਧੰਨਵਾਦ।